ਵਿਆਹ ਚ ਫੋਰਚੂਨਰ ਗੱਡੀ ਨਾ ਦੇਣ ਤੇ ਬਿਨਾ ਲਾੜੀ ਤੋਂ ਮੁੜੀ ਬਰਾਤ ਲਾੜੀ ਦੇ ਸਾਰੇ ਚਾਅ ਰਹਿ ਗਏ ਅਧੂਰੇ ਲਾੜੇ ਨੇ ਇੱਕ ਹਫਤੇ ਚ ਲਾੜੀ ਦੇ ਕਤਲ ਕਰਨ ਦੀ ਦਿੱਤੀ ਧਮਕੀ ਤੋ ਮੈਂ ਸ਼ਾਦੀ ਨਹੀਂ ਕਰਨੀ ਔਰ ਇਸ ਤਰੀਕੇ ਕੀ ਅਗਰ ਕੋਈ ਬਾਤ ਹੋਤੀ ਹੈ ਮਾਨ ਲੋ ਤੋ ਇੱਕ ਹਫਤੇ ਅਗਰ ਤੂਨੇ ਮੇਰੇ ਕੰਮ ਨਹੀਂ ਕਰਤੀ ਹੈ ਤੂੰ ਤੋ ਮੈਂ ਤੇਰੇ ਕੋ ਮਾਰ ਦੂੰਗਾ 15 ਲੱਖ ਕੈਸ਼ ਨਾਲ ਦਿੱਤੇ ਸੀ ਲਾੜੇ ਨੂੰ ਸੋਨੇ ਦੇ ਗਹਿਣੇ ਦਹੇਜ ਮੈਂ 15 ਲੱਖ 51,000 ਔਰ ਕੁਛ 51 ਐਸੇ ਕਰਕੇ ਔਰ ਉਸਕੇ ਸਾਥ ਕਾਫੀ ਸਾਮਾਨ ਵੀ ਦਿਆ ਹੈ ਜੀ ਹਾਂ ਤੋ ਲਾਲਾ ਗਾਓ ਹੈ ਵਹਾਂ ਜਾਓ ਆਪ ਰੇਟ ਛਾਪ ਸਭ ਕੁਛ ਮਾਰੋ ਫੋਰਚੂਨਰ ਗੱਡੀ ਨਾ ਦੇਣ ਤੇ ਇੱਕ ਬਰਾਤ ਬਿਨਾ ਲਾੜੀ ਤੋਂ ਹੀ ਵਾਪਸ ਮੁੜੀ ਹੈ ਕਿਹਾ ਜਾ ਰਿਹਾ ਹੈ ਕਿ ਲਾੜੀ ਦੇ ਸਾਰੇ ਚਾਹ ਹੀ ਅਧੂਰੇ ਰਹਿ ਗਏ ਹਾਲਾਂਕਿ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਜਦੋਂ ਲੜਕੀ ਨੂੰ ਵਿਦਾ ਕਰਨ ਦਾ ਸਮਾਂ ਆਇਆ ਤਾਂ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਅੱਗੇ ਫੋਰਚੂਨਰ ਗੱਡੀ ਦੀ ਮੰਗ ਰੱਖ ਦਿੱਤੀ ਹਾਲਾਂਕਿ ਕਿਹਾ ਜਾ ਰਿਹਾ ਕਿ ਜੇਕਰ ਉਹ ਲੜਕੀ ਨੂੰ ਲੈ ਕੇ ਵੀ ਜਾਂਦੇ ਨੇ ਤਾਂ ਲੜਕੀ ਨੂੰ ਕਿਹਾ ਜਾ ਰਿਹਾ ਕਿ 7 ਦਿਨਾਂ ਦੇ ਵਿੱਚ ਮਾਰ ਵੀ ਦਿੱਤਾ ਜਾਵੇਗਾ ਇਹ ਗੱਲ ਜੋ ਹੈ ਲਾੜੇ ਦੇ ਵੱਲੋਂ ਕਹੀ ਗਈ ਹੈ ਤਾਂ ਦੱਸ ਦਈਏ ਕਿ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਆਹ ਦੇ ਵਿੱਚ ਫੋਰਚੂਨਰ ਗੱਡੀ ਨਾ ਦੇਣ ਤੇ ਜਦੋਂ ਲੜਕੀ ਨੂੰ ਵਿਦਾ ਕਰਨ ਦਾ ਸਮਾਂ ਆਇਆ ਉਸ ਸਮੇਂ ਉਹ ਲੜਕੀ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਦੋਵਾਂ ਪਿੰਡਾਂ ਦੀ ਪੰਚਾਇਤ ਵੀ ਹੋਈ ਪਰ ਉਸ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ ਤਾਂ ਲੜਕੀ ਦਾ ਵੀ ਹੁਣ ਰੋ ਰੋ ਕੇ ਬੁਰਾ ਹਾਲ ਹੈ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਇਆ ਜਦਕਿ ਕਿਹਾ ਜਾ ਰਿਹਾ ਕਿ 15 ਲੱਖ ਰੁਪਏ ਕੈਸ਼ ਅਤੇ ਸੋਨੇ ਤੇ ਕਈ ਗਹਿਣੇ ਲੜਕੇ ਨੂੰ ਪਾਏ ਗਏ ਸੀ ਪਰ ਫਿਰ ਵੀ ਉਹਨਾਂ ਨੇ ਫੋਰਚੂਨਰ ਗੱਡੀ ਦੀ ਮੰਗ ਰੱਖ ਦਿੱਤੀ ਲੜਕਾ ਇੱਥੋਂ ਤੱਕ ਵੀ ਕਹਿੰਦਾ ਨਜ਼ਰ ਆਇਆ ਕਿ ਜੇਕਰ ਉਸਦੇ ਨਾਲ ਲੜਕੀ ਨੂੰ ਤੋਰ ਵੀ ਦਿੱਤਾ ਜਾਂਦਾ ਹੈ ਤਾਂ 7 ਦਿਨਾਂ ਦੇ ਵਿੱਚ ਉਹ ਉਸਦਾ ਕਤਲ ਕਰ ਦੇਵੇਗਾ ਫਿਲਹਾਲ ਇਸ ਘਟਨਾ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਲੜਕੇ ਦਾ ਆਓ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਜੀ ਮਾਮਲਾ ਕੁਛ ਨਹੀਂ ਹੈ ਨਿੱਜੀ ਬਾਤ ਹੈ ਇਹ ਮੈਂ ਲੜਕੀ ਨੂੰ ਨਹੀਂ ਲੈ ਜਾਣਾ ਚਾਹਤਾ ਮੇਰਾ ਇਹ ਪੁੱਛਣਾ ਥਾ ਇਹ ਮੇਰੇ ਅੰਦਰ ਦਾ ਆਪਣਾ ਡਰ ਵੀ ਹੈ ਇੱਕ ਸਵਾਲ ਵੀ ਹੈ ਕਿ ਭਾਈ ਕੱਲ੍ਹ ਕੋ ਆਜ ਮੈਂ ਕੁਛ ਵੀ ਹੂੰ ਮੇਰੇ ਪਾਪਾ ਕੀ ਵਜ੍ਹਾ ਸੇ ਹੂੰ ਕੱਲ੍ਹ ਮੰਨ ਲਓ ਮੇਰੇ ਪਾਪਾ ਕੁਛ ਹੋ ਜਾਤਾ ਹੈ ਤੋ ਜੇ ਮੈਂ ਆਪਣੀ ਜਵਾਬਦਾਰੀ ਲੂੰਗਾ ਤੋ ਉਸਮੇ ਮੈਂ ਮੰਨ ਲਓ ਕੱਲ੍ਹ ਮੇਰੇ ਕੋ ਪਸ਼ੂ ਰੱਖਣੇ ਪੜ ਗਏ ਭੈਂਸ ਰੱਖਤਾ ਹੂੰ ਗਾਏ ਰੱਖਤਾ ਹੂੰ ਤੋ ਕਿਆ ਲੜਕੀ ਉਸਕਾ ਕੰਮ ਕਰੇਗੀ ਅਬ ਲੜਕੀ ਕਾ ਇਹ ਕਹਿਣਾ ਹੈ ਕਿ ਮੈਂ ਨਹੀਂ ਕਰੂੰਗੀ ਤੋ ਉਸਮੇ ਮੈਨੇ ਗੁੱਸੇ ਮੈਂ ਇਹ ਕਹਾ ਹੈ ਕਿ ਠੀਕ ਨਹੀਂ ਕਰੇਗੀ ਤੋ ਮੈਂ ਸ਼ਾਦੀ ਨਹੀਂ ਕਰਨੀ ਔਰ ਇਸ ਤਰੀਕੇ ਕੀ ਅਗਰ ਕੋਈ ਬਾਤ ਹੋਤੀ ਹੈ ਮੰਨ ਲਓ ਤੋ ਇੱਕ ਹਫਤੇ ਅਗਰ ਤੂਨੇ ਮੇਰੇ ਕੰਮ ਨਹੀਂ ਕਰਤੀ ਹੈ ਤੂੰ ਤੋ ਮੈਂ ਤੇਰੇ ਕੋ ਮਾਰ ਦੂੰਗਾ ਜੀ ਦਹੇਜ ਵਹੇਜ ਤੋ ਇਹਨਾਂ ਨੇ ਜੋ ਦਿਆ ਹੈ ਉਹ ਦਿਆ ਹੈ ਕਿਸੇ ਦਿਆ ਹੈ ਨਹੀਂ ਦਿਆ ਹੈ ਤੋ ਜੀ ਅਮੀ ਹੀ ਖੜੇ ਹਾਂ ਆਪ ਜੋ ਆਪਕਾ ਜੋ ਲਗਤਾ ਹੈ ਆਪਕੋ ਜੈਸੇ ਦੋਸ਼ੀ ਲਗਤੇ ਹੈ ਵੈਸੇ ਆਪ ਸਜ਼ਾ ਦੇ ਸਕਤੇ ਹੋ ਕੋਈ ਬਾਤ ਨਹੀਂ ਫਿਰ ਆਪ ਉੱਪਰ ਤੱਕ ਜਾਓ ਫਿਰ ਇਹ ਕਿਹੜਾ ਡਰਾਮਾ ਕਿਉਂ ਕਰ ਰੱਖਿਆ ਸਰ ਜੀ ਮੈਨੇ ਤੋ ਇਨਕਾਰ ਆਪ ਲੜਕੀ ਕੇ ਪਾਪਾ ਸੇ ਪੁੱਛੋ ਠੀਕ ਹੈ ਤੋ ਅਗਰ ਇਨਕਾਰ ਐਸਾ ਮੰਨਣਾ ਹੈ ਤੋ ਇਸਕੇ ਹਿਸਾਬ ਸੇ ਮੁਝੇ ਕੋਈ ਸਜ਼ਾ ਦੇ ਦੀ ਜਾਏ ਪ੍ਰੀ ਪ੍ਰੋਗਰਾਮ ਨਹੀਂ ਲਗਤਾ ਹੈ ਆਪਕੋ ਕਿਆ ਜੀ ਪ੍ਰੀ ਪ੍ਰੋਗਰਾਮ ਨਹੀਂ ਹੈ ਕਿ ਸ਼ਾਦੀ ਮੰਡਪ ਮੇ ਫੇਰੇ ਲੈਣੇ ਕੇ ਬਾਅਦ ਮੇ ਫਿਰ ਇਸ ਤਰ੍ਹਾਂ ਦਾ ਤਮਾਸ਼ਾ ਔਰ ਡਰਾਮਾ ਕਰਨਾ ਔਰ ਫਿਰ ਕੁਝ ਹੋਰ ਜੋ ਹੈ ਡਿਮਾਂਡ ਫੋਰਚੂਨਰ ਆਪ ਫੋਰਚੂਨਰ ਕੀ ਡਿਮਾਂਡ ਵੀ ਕਰ ਰਹੇ ਹੈ ਜੀ ਮੈਨੇ ਆਪਣੇ ਮੂੰਹ ਸੇ ਕੋਈ ਫੋਰਚੂਨਰ ਵੋਰਚੂਨਰ ਨਹੀਂ ਕਹੀ ਅੱਗੇ ਕਾ ਜੀ ਇਹੀ ਪ੍ਰੋਗਰਾਮ ਹੈ ਕਿ ਜੀ ਲੜਕੀ ਮੇਰੀ ਕੁਛ ਇਨ ਬਾਤੋਂ ਸੇ ਜਾਂ ਮੇਰੇ ਕੋ ਪਸੰਦ ਨਹੀਂ ਹੈ ਜੀ ਮੇਰੀ ਲਾਈਫ ਮੇ ਜੋ ਅਭੀ ਦੂਜਬਰ ਕਾ ਜੋ ਧੱਬਾ ਲੱਗ ਗਿਆ ਹੈ ਉਸ ਕੋ ਕੌਣ ਮਿਟਾਏਗਾ ਉਸ ਕੋ ਜੀ ਆਪ ਸਮਾਜ ਜੋ ਫੈਸਲਾ ਲੋਗੋ ਲੈ ਲੋ ਅਭੀ ਫਿਲਹਾਲ ਤੋ ਜੀ ਮੈਂ ਯਹੀ ਕਰ ਰਹਾ ਹੂੰ ਕਿ ਜੀ ਮੈਂ ਲੜਕੀ ਕੋ ਨਹੀਂ ਲੈ ਜਾ ਰਹਾ दहेज में कितने दिए वो भी बता दो उनको आपको दहेज में कितने दिए जी दहेज में 15,51,000 और कुछ 51 ऐसे करके और उसके साथ काफी सामान भी दिया है जी हाँ तो लाला गाँव है वहाँ जाओ आप रेट छाप सब कुछ मारो कल का ही प्रोग्राम था वहाँ से आप ले आओ सारे यहाँ खड़े हैं हम लाला गए हैं सारे अब मेरे को याद थोड़ी रिकॉर्ड दो अंगूठी पहनाई थी मेरे को सोने चांदी की एक चैन पहनाई थी उसके अलावा और काफी सारा सामान जो वो लिस्ट वगैरह में बोला था घर पे रखा है वो लाला गाँव है जी क्यों छोड़ के आया पहन के नहीं आया आपकी शादी थी तो आज पहन के क्यों ये तो अपनी मर्जी है जी मैं तो अपने हाथ से पेन चलाना पसंद करता हूँ ये चैन वैन गुट्ठी घड़ी अंडा भट्टी कुछ पसंद नहीं करता मैं तो मैंने कल जैसे वो भाई देते हैं मम्मी को जोड़ी वगैरह तो उसी टाइम पे मैंने गुट्ठी चैन अपनी मम्मी को दे दी थी परिवार वाले तो ये कह रहे हैं भाई ले चल हमारी इज्जत का सवाल है पर मैं नहीं ले जा रहा परिवार तो आपके जैसा है जैसे समाज है वैसे ही है लेकिन मैं जैसे समाज से अलग नहीं हूँ जी मैं बस थोड़ा सा ये सोच रहा हूँ कि भाई नहीं मैं अपनी पूरी जिंदगी ऐसे खराब नहीं कर सकता लगन में 15,51,000 कैश दिया था और गहने दिए थे ऐसे कुछ जो भी होता है वो सारी चीज़ें दी थी कम्बल लोई ऐसे कुछ जब बारात आने का जब बारात में विदाई आने का टाइम जाने मतलब विदाई का समय हुआ तब जो दुल्हन जो दूल्हे की साइड के हैं उन्होंने मतलब कि उनके उन्होंने डिमांड रखी कि मतलब कि जो लड़का है उसने कहा कि भाई है ना उसके अकॉर्डिंग भी उसको पढ़ी लिखी
समझदार चाहिए थी, बट मैं वो मतलब उस टाइप की नहीं थी, इसलिए उन्होंने कहा कि भी अगर मतलब मुझे तो अगर मतलब है ना फॉर्चुनर गाड़ी ही चाहिए। मैंने बीएड कर रखी है। अभी जो लड़के के जो पक्ष के लोग वो यही हैं और पंचायत चल रही है जी, वो भी ये सही बात है। उन्होंने मुझसे पूछा कि भी तुम कैसे बीमार हो रही हो, कोई बीमारी है क्या? तो उन्होंने कहा कि अगर मैं 7 दिन से ज़्यादा से बीमार रही तो वो मेरी जान ले लेंगे, मुझे मार देंगे। बारात लाला से आई थी। दूल्हे का क्या नाम? मणि। कुछ नहीं जी, बच्चे खाना खा रहे थे, हम तो यहाँ बैठे थे। तो उधर उन खाना खाते टाइम उनके आपस में चटपट सी हुई, फिर उसने बोला कि काम कुम का जिक्र करे बता रहे थे भाई, जैसे पशु पुशु रखा तो आप कर लो आगे ना, इन बातों पे पता लग गया नहीं मान्य बिगड़ गई ना जी, कोई डिमांड नहीं मारी, 1 रुपये की डिमांड नहीं थी। लड़की ने खुद ने आरोप लगाए हैं कि भाई फॉर्च्यूनर की डिमांड की गई है, दूसरा उसको यहाँ से ले जाने के 7 दिन बाद मार देने की भी बात कही है, क्या कही? ना जी, कोई डिमांड नहीं थी कहीं झाड़ की। अब क्या मामला चल रहा है? कुछ भी नहीं, अभी जो हमने काम मंजूर कहेगा वो हमने मंजूर है, जो सजा देगा वो। बारात कहाँ से लेके आए थे आप? लाला रोडाई से। कौन से जिले में पड़ता? रेवाड़ी।